नंगल शहर के बढ़ रही ट्रैफिक की समस्या लगातार विकराल रूप धारती जा रही है। चंडीगढ़ तो उन्ना जाने वाली ट्रैफिक नंगल शहर के होकर गुजरती है, जिसके चलद नंगल डैम के उत्ते कई किलोमीटर तक लंबे जाम लग जाते हैं। हालांकि नंगल शहर के बीतिया सरकार ने फ्लाईओवर बनाने के काम की शुरुआत कराई, पर कई साल बीतण तो बाद भी फ्लाईओवर का काम नेपरे नहीं चढ़ सकया, जिसके चलद ट्रैफिक की समस्या के लगातार इजाफा हो रहा है। इस राह पर बने रेलवे फाटक बंद होने के समय ट्रैफिक जाम कई किलोमीटर दूर तक पहुंच जाता है, तो कई घंटे लोगों को जाम के फंसे रहना पैंदा है। लोगों ने प्रशासन तो गुहार लगाई है कि जदों तक फ्लाईओवर का काम पूरा नहीं होंदा उदों तक कोई आरजी रस्ते का प्रबंध किया जाए। नंगल शहर के बढ़ रही ट्रैफिक की समस्या संबंधी आम लोगों ने गलबात दौरान की कहा, आओ सुनते हाँ। जो इस मामले संबंधी तहसीलदार नंगल नाल गलबात की गई तो उन्हें की कहा, आओ सुनते हैं। नंगल तो LBS न्यूज़ के लिए MK शर्मा की रिपोर्ट। कदों प्रशासन वालों हर संभव कोशिश की जा रही है कि इस फ्लाईओवर को छेती तो छेती खत्म करवा के काम कंप्लीट करवा के ताकि लोगों को करवाए, ताकि लोगों को आम जी परेशानी का सामना करना पै रहा वो ना करना पवे। समय सिर प्रशासन वालों इन्हों बुला के कंपनी वालों कंपनी के नुमाइंदे बुला के मीटिंग की जा रही है, उन्होंने डायरेक्शन दी जा रही हैं कि भी इन्हों छेती तो छेती फिनिश कर किया जाए। बाकी इस तरह है कि जिदा ही कोई अपडेट आएगा तो वो असी पब्लिक तक पहुँचा देंगे। थैंक यू। ਲੱਗਾ ਦਾ ਕੰਮ ਤਾਂ ਇੱਕ ਤਾਂ ਹਿਮਾਚਲ ਦੇ ਬੰਦੇ ਆਉਂਦੇ ਉਹ ਬਾਏ ਡੈਮ ਹੋ ਕੇ ਜਾਂਦੇ, ਜਦ ਕਿ ਉਹਨਾਂ ਬਾਹਰਲੇ ਪਾਸੇ ਰਸਤਾ ਨਹੀਂ ਬਣਾ ਦਿੱਤਾ ਬਾਏ ਭਲਾਣ ਹੋ ਕੇ। ਇੱਕ ਤਾਂ ਇਹ ਕਾਰਨ ਹੋ ਗਿਆ ਜੀ, ਇੱਕ ਵੱਡੀ ਗੱਡੀਆਂ ਕਾਰਨ, ਠੀਕ ਹੈ ਜੀ। ਇੱਕੋ ਰਸਤਾ ਹੈ ਨੰਗਲ ਸ਼ਹਿਰ ਨੂੰ ਜਾਣ ਨੂੰ, ਬਾਕੀ ਕੋਈ ਰਸਤਾ ਨਹੀਂ ਹੈ। ਇਹਦੇ ਇਹਦਾ ਕੋਈ ਹੱਲ ਐਸਾ ਕੱਢਿਆ ਜਾਵੇ ਜਿੰਦਾ ਪਹਿਲਾਂ ਬਰਾਰੀ 'ਚ ਰਸਤਾ ਬਣਾਇਆ ਤਾ, ਇਹਦੇ ਕੋਈ RG ਬਣਾਇਆ ਜਾਵੇ, ਕੁਛ ਕੀਤਾ ਜਾਵੇ ਤਾਂ ਕਿ ਨੰਗਲ 'ਚ ਟ੍ਰੈਫਿਕ ਜਿਹੜਾ ਹੈ ਘੱਟ ਹੋ ਸਕੇ। ਕੋਈ PGI ਚੱਲਿਆ ਵਾ, ਕੋਈ ਬਿਮਾਰ ਬੰਦਾ ਚੱਲਿਆ ਵਾ, ਟ੍ਰੈਫਿਕ 'ਚ ਫਸ ਗਿਆ ਅਗਲਾ, ਜੇ ਕਿ ਜਾਨ ਚੱਲ ਜਾਵੇ ਕਿਆ ਫਾਇਦਾ, ਠੀਕ ਹੈ। ਐਸੀ ਮੈਂ ਤਾਂ ਰਿਕੁਐਸਟ ਕਰਦਾ ਸਾਰੇ ਜਿਹੜੇ ਹਿਮਾਚਲ ਮੇਰੇ ਭਾਈਚਾਰਾ ਆਉਂਦਾ ਕਿ ਜਦ ਤੁਹਾਨੂੰ ਡੈਮ ਤੋਂ ਬਾਏ ਭਲਾਣ ਰਸਤਾ ਹੈ ਤਾਂ ਉੱਧਰ ਨਿਕਲ ਜਾਓ। ਜੇ ਤੁਹਾਨੂੰ ਕੋਈ ਜਿਹਨੇ ਕੋਈ ਪ੍ਰੋਬਲਮ ਹੈ, ਕੋਈ PGI ਤੋਂ ਜਾਂਦਾ ਬਾਏ ਉੱਧਰ ਨਿਕਲ ਜਾਓ। ਇਸ ਨੰਗਲ ਵਾਸਤੇ ਓਨਲੀ ਫੋਰ ਨੰਗਲ ਵਾਲੇ ਜਿਹੜੇ ਬੰਦੇ ਆ ਉਹਨਾਂ ਵਾਸਤੇ ਹੈ, ਕਿਉਂਕਿ ਉਹ ਵੀ ਆ ਕੇ ਫਸ ਜਾਂਦੇ ਵਿਚਾਰੇ, ਜਿਹਨੇ ਹਿਮਾਚਲ ਤੋਂ ਆਉਣਾ ਉਹ ਵੀ ਵਿਚਾਰੇ ਫਸ ਜਾਂਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਬਾਏ ਡੈਮ ਪਰ ਰਸਤਾ ਲਾਇਆ ਵਾ, ਉੱਥੇ ਬਾਏ ਨਿਕਲ ਜਾਣਾ ਨਾ, ਉਹਨਾਂ ਪ੍ਰੋਬਲਮ ਨਾਲ ਸਾਡੇ ਨੰਗਲ ਵਾਸੀ ਨੂੰ ਪ੍ਰੋਬਲਮ ਆਉਣੀ। ਲੋਕ ਕਾਫੀ ਕਈ ਕਿਲੋਮੀਟਰ ਲੰਬਾ ਜਾਮ ਲੱਗਦਾ ਹੈ। ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਵੀ ਜਿਹੜਾ ਨੰਗਲ ਸ਼ਹਿਰ ਹੈ ਇੱਕ ਟ੍ਰੈਫਿਕ ਦੀ ਵਜ੍ਹਾ ਕਰਕੇ ਬਹੁਤ ਪਿਛੜ ਗਿਆ। ਜਿਹੜੇ ਆਲੇ ਦੁਆਲੇ ਪਿੰਡਾਂ ਦੇ ਲੋਕ ਹੈ ਉਹ ਨੰਗਲ ਸ਼ਹਿਰ ਨਾਲ ਟੱਚ ਨਹੀਂ ਹੋ ਰਹੇ, ਜਿਸ ਕਰਕੇ ਇੱਕ ਤਾਂ ਇੱਥੇ ਟ੍ਰੈਫਿਕ ਦੀ ਸਮੱਸਿਆ ਤਾਂ ਹੈ ਅਤੇ ਜਿਹੜਾ ਰੁਜ਼ਗਾਰ ਦਾ ਸਾਧਨ ਉਹ ਵੀ ਖਤਮ ਹੋ ਰਿਹਾ। ਇੱਕ ਇਹਨਾਂ ਨੇ ਅਲਟੀਨੇਟਰ ਹੱਲ ਕਰਕੇ ਦਰਿਆ ਦੇ ਵਿੱਚ ਪੁਲ ਵੀ ਬਣਾਇਆ ਸੀ, ਪਰ ਜਿਹੜਾ ਹੁਣ ਪਾਣੀ ਦਾ ਵਹਾਅ ਜਿਹੜਾ ਉਹਨਾਂ ਨੇ ਪਾਣੀ ਛੱਡਿਆ ਡੈਮ ਤੋਂ, ਉਹ ਪੁਲ ਵੀ ਹੜ ਗਿਆ ਅਤੇ ਲਗਾਤਾਰ ਸਮੱਸਿਆ ਪ੍ਰਤੀ ਦਿਨ ਵਾਧਾ ਹੋ ਰਿਹਾ। ਜੇ ਅਸੀਂ ਖਾਸ ਕਰ ਗੱਲ ਕਰੀਏ ਸਕੂਲ 'ਚ ਆਉਣ ਜਾਣ ਵਾਲੇ ਬੱਚਿਆਂ ਦੀਆਂ ਵੈਨਾਂ ਜਾਂ ਬੱਚੇ ਜਿਹੜੇ ਆ ਰਹੇ ਆ ਉਹਨਾਂ ਨੂੰ ਲਗਾਤਾਰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ, ਘੰਟੇ ਵਧੀ ਜਾਮ ਲੱਗਦਾ। ਮੈਂ ਖੁਦ ਲਗਾਤਾਰ ਆਉਣਾ ਜਾਣਾ ਜਿਹੜਾ ਸਾਡਾ ਰਹਿੰਦਾ ਹੀ ਹੈ ਅਤੇ ਘੰਟਾ ਘੰਟਾ ਮੈਂ ਅਸੀਂ ਕਾਰ ਨਹੀਂ ਲੈ ਕੇ ਚੱਲਦੇ, ਅਸੀਂ ਆਪਣੇ ਵਹੀਕਲ ਨੂੰ ਅਤੇ ਮੋਟਰਸਾਈਕਲ ਦੇ ਵੱਧ ਤੋਂ ਵੱਧ ਕੋਸ਼ਿਸ਼ ਕਰੀਦੀ ਮੋਟਰਸਾਈਕਲ ਦੇ, ਵੈਸੇ ਤਾਂ ਇਗਨੋਰ ਕਰੀਦਾ ਨਾ ਆ ਜਾਈਏ, ਪਰ ਜੇ ਜਾਣਾ ਪੈ ਜਾਵੇ ਤਾਂ ਮੋਟਰਸਾਈਕਲ ਦੀ ਵਰਤੋਂ ਕਰੀਦੀ। ਪਰ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਇਹ ਲਗਾਤਾਰ ਜਿਹੜੀ ਹੈ ਸ਼ਹਿਰ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਵੀ ਇਹਦਾ ਕੋਈ ਹੱਲ ਕੱਢਿਆ ਜਾਵੇ। ਪਰ ਜਿਹੜਾ RG ਤੌਰ 'ਤੇ ਪੁਲ ਵੀ ਬਣਾਇਆ ਉਹਦੇ ਹੜਨ ਦੇ ਨਾਲ ਜਿਹੜੀਆਂ ਵੱਡੀਆਂ ਗੱਡੀਆਂ ਦਾ ਆਉਣਾ ਜਾਣਾ ਸੀ ਉਹ ਬਿਲਕੁਲ ਬੰਦ ਹੋ ਗਿਆ। ਜਿਵੇਂ ਹੁਣ ਕਿਸੇ ਨੂੰ ਕੋਈ ਐਮਰਜੈਂਸੀ ਪੈ ਗਈ ਐਂਬੂਲੈਂਸ, ਪਰ ਦੋ ਦੋ ਘੰਟੇ ਹੂਟਰੇ ਵੱਜੀ ਜਾਂਦੇ, ਜਾਂ ਰਸਤਾ ਹੀ ਨਹੀਂ ਨਿਕਲਣਾ ਕਿੱਥੇ ਤੇ ਐਂਬੂਲੈਂਸ ਨੂੰ, ਜਾਂ ਤਾਂ ਫਿਰ ਬਾਇਆ ਨੂਰਪੁਰ ਬੇਦੀ ਝੱਜ ਚੌਂਕ ਹੋ ਕੇ ਜਾਣਾ ਪਵੇ, ਜਾਂ ਫਿਰ ਐਸੇ 2 ਘੰਟੇ ਇੱਥੇ ਮਰੀਜ਼ ਨੂੰ ਤੜਫਾਉਣਾ ਪਵੇ। ਮੈਂ ਸਮੁੱਚੇ ਜਿਹੜੇ ਨੰਗਲ ਸ਼ਹਿਰ 'ਚੋਂ ਹੋ ਕੇ ਜਾਂ ਉਨੇ ਤੋਂ ਚੰਡੀਗੜ੍ਹ, ਚੰਡੀਗੜ੍ਹ ਤੋਂ ਜਿਵੇਂ ਬਾਬਾ ਬਾਲਕ ਨਾਥ ਚਿੰਤਪੁਰਨੀ ਵਾਲੇ ਜਾਣ ਵਾਲੇ, ਉਹਨਾਂ ਨੂੰ ਖਾਸ ਤੌਰ 'ਤੇ ਅਪੀਲ ਕਰਦਾ ਹੈ ਵੀ ਜਿਹੜਾ ਤੁਸੀਂ ਅਨੰਦਪੁਰ ਸਾਹਿਬ ਤੋਂ ਜਾਂ ਬੁੰਗੇ ਮੋੜ ਤੋਂ ਸਿੱਧਾ ਹੀ ਉਨੇ ਲਈ ਨਿਕਲ ਜਾਣ, ਤਾਂ ਕਿ ਜਿਹੜਾ ਘੰਟਿਆਂ ਵਧੀ ਜਿਹੜਾ ਜਾਮ ਲੱਗਦਾ ਉਹ ਤੋਂ ਜਿਹੜਾ ਨੰਗਲ ਵਾਸੀਆਂ ਨੂੰ ਖਾਸ ਤੌਰ 'ਤੇ ਨਜ਼ਾਕਤ ਤੋਂ ਮੁਕਤੀ ਮਿਲ ਸਕੇ। ਇਹ ਇੱਕ ਨਾ ਦਰਦ ਦਾ ਜਿਹੜਾ ਬਹੁਤ ਵੱਡਾ ਹੈ, ਇਹਨੂੰ ਸੰਤਾਪ ਭੋਗ ਰਿਹਾ, ਇਹਨੂੰ ਜਲਦ ਤੋਂ ਜਲਦ ਪ੍ਰਸ਼ਾਸਨ ਨੂੰ ਬੇਨਤੀ ਹੱਲ ਕੀਤਾ ਜਾਵੇ।